ਮੁਹੱਲਾ ਸੁਧਾਰ ਕਮੇਟੀ ਪਾਂਡੂਸਰ ਨਾਭਾ ਵੱਲੋਂ ਇੱਕ ਨਵੀਂ ਪਹਿਲਕਦਮੀ ਕਰਦੇ ਹੋਏ ਆਪਣਾ ਨਾਭਾ ਆਓ ਰਲ ਮਿਲ ਸਵਾਰੀਏ ਮੁਹਿੰਮ ਤਹਿਤ ਅੱਜ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਸ਼ਹਿਰ ਨੂੰ ਸੁੰਦਰ ਅਤੇ ਹਰਾ ਭਰਾ ਬਣਾਉਣ ਲਈ ਪੁਰਾਣਾ ਹਾਈਕੋਰਟ ਗਰਾਊਂਡ ਪਾਰਕ ਵਿੱਚ ਬੂਟੇ ਲਗਾਏ ਗਏ। ਇਸ ਪ੍ਰੋਗਰਾਮ ਵਿੱਚ ਰਜਨੀਸ਼ ਮਿੱਤਲ ਸੈਂਟੀ ਨਗਰ ਕੌਂਸਲ ਪ੍ਰਧਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇੱਥੇ ਆਏ ਬੱਚਿਆਂ ਨੇ ਰਾਸ਼ਟਰੀ ਗੀਤ ਵੀ ਗਾਇਆ। ਇਸ ਪ੍ਰੋਗਰਾਮ ਵਿੱਚ ਆਏ ਬੱਚਿਆਂ ਅਤੇ ਉਹਨਾਂ ਦੇ ਹਰ ਪਰਿਵਾਰ ਨੇ ਬੂਟੇ ਲਗਾਏ। ਇਸ ਪਾਰਕ ਵਿੱਚ ਪਹੁੰਚੇ ਮੁਹੱਲਾ ਨਿਵਾਸੀਆਂ ਵਿੱਚ ਬਹੁਤ ਹੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਪ੍ਰਧਾਨ ਰਜਨੀਸ਼ ਮਿੱਤਲ ਸੈਂਟੀ ਨੇ ਕਿਹਾ ਕਿ ਤੰਦਰੁਸਤ ਪੰਜਾਬ ਦੇ ਤਹਿਤ ਸ਼ਹਿਰ ਨੂੰ ਸੁੰਦਰ ਅਤੇ ਹਰਾ ਭਰਾ ਬਣਾਉਣ ਲਈ ਮੁਹੱਲਾ ਨਿਵਾਸੀਆਂ ਪੌਦੇ ਲਗਾਏ ਨੇ। ਇਹ ਇੱਕ ਬਹੁਤ ਹੀ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ। ਨਾਭਾ ਦੇ ਸਾਰੇ ਵਾਰਡ ਵਾਸੀਆਂ ਨੂੰ ਇਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਨੇ। ਇਸ ਮੌਕੇ 'ਤੇ ਰਮੇਸ਼ ਗਾਬਾ ਅਤੇ ਪ੍ਰਧਾਨ ਸੁਭਾਸ਼ ਭੋਗਲ ਨੇ ਨਗਰ ਕੌਂਸਲ ਪ੍ਰਧਾਨ ਰਜਨੀਸ਼ ਮਿੱਤਲ ਸੈਂਟੀ ਦਾ ਧੰਨਵਾਦ ਕੀਤਾ। ਇਹ ਅੱਜ ਬੜਾ ਹੀ ਮੈਨੂੰ ਆਪਣੇ ਆਪ ਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਜਿਹੜਾ ਅਸੀਂ ਇੱਥੇ ਪਾਂਡੂਸਰ ਮੁਹੱਲੇ ਵਿੱਚ ਆਏ ਕਿ ਇੱਥੇ ਮੁਹੱਲਾ ਸੁਧਾਰ ਕਮੇਟੀ ਨੇ ਬਹੁਤ ਵਧੀਆ ਇੱਕ ਇੱਥੇ ਤੁਸੀਂ ਵੀ 10 ਸਾਲ ਪਹਿਲਾਂ ਦੇਖਿਆ ਹੁਣ ਇੱਥੇ ਕੁਛ ਵੀ ਨਹੀਂ ਹੈਗਾ ਅਸੀਂ ਪਾਰਕ ਨੂੰ ਡਿਵੈਲਪ ਕੀਤਾ ਅਤੇ ਸਾਰੇ ਵਧਾਈ ਦੇ ਪਾਤਰ ਨੇ ਨਾਲ ਹੀ ਇੱਥੇ ਸਾਰੀ ਟੀਮ ਬੱਗਾ ਜੀ ਗਾਬਾ ਜੀ ਕੌਸ਼ਲ ਸਾਹਿਬ ਅਤੇ ਨਾਲ ਹੀ ਸਾਡੇ ਭੋਗਲ ਸਾਹਿਬ ਸਾਰੀ ਬੈਂਕ ਦੇ ਮੈਨੇਜਰ ਸਾਹਿਬ ਬਿੱਲੂ ਜੀ ਇੱਥੇ ਕਿ ਇੱਕ ਇੱਕ ਬੱਚਾ ਇੱਕ ਇੱਕ ਮੁਹੱਲਾ ਨਿਵਾਸੀ ਇੱਕ ਇੱਕ ਪੌਦਾ ਲਗਾ ਰਿਹਾ ਜਿਹਦੇ ਨਾਲ ਕਿ ਤੰਦਰੁਸਤ ਪੰਜਾਬ ਦੇ ਤਹਿਤ ਜੋ ਇੱਥੋਂ ਨਸ਼ੇ ਦੀ ਅਤੇ ਜੋ ਸਾਡੇ ਦੇਸ਼ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਜਾਂ ਪੂਰੇ ਵਰਲਡ ਦੇ ਵਿੱਚ ਜੋ ਗਲੋਬਲ ਵਾਰਮਿੰਗ ਹੈ ਉਹ ਰੁੱਖ ਨਾਲ ਲਗਾਉਣ ਨਾਲ ਜੋ ਆਕਸੀਜਨ ਦੀ ਕਮੀ ਪੈਦਾ ਉਹ ਦੂਰ ਹੋ ਰਹੀ ਹੈ ਸਾਰੇ ਵਧਾਈ ਦੀ ਪਾਤਰ ਹੈ। ਮੈਂ ਆਪਣੇ ਵੱਲੋਂ ਅਤੇ ਨਗਰ ਕੌਂਸਲ ਨਾਭਾ ਵੱਲੋਂ ਵੀ ਆਪਣੇ ਵੱਲੋਂ ਨਿੱਜੀ ਤੌਰ 'ਤੇ ਨਗਰ ਕੌਂਸਲ ਨਾਭਾ ਵੱਲੋਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਜਿਸ ਤਰ੍ਹਾਂ ਦੀ ਵੀ ਸੇਵਾ ਇਹੀ ਇੱਕ ਬੇਨਤੀ ਕਰਨੀ ਚਾਹੁੰਦਾ ਜਿਸ ਤਰ੍ਹਾਂ ਇਹਨਾਂ ਨੇ ਉਪਰਾਲਾ ਕੀਤਾ ਇਹੀ ਉਪਰਾਲਾ ਸਾਰੇ ਵਾਰਡਾਂ ਦੇ ਵਿੱਚ ਕੀਤਾ ਜਾਵੇ ਤਾਂ ਸਾਰਾ ਨਾਭਾ ਬਹੁਤ ਵਧੀਆ ਇੱਕ ਹਰਾ ਭਰਾ ਅਤੇ ਗੰਦਗੀ ਮੁਕਤ ਨਾਭਾ ਬਣ ਸਕਦਾ ਹੈ। ਇਹੀ ਕਹਿੰਦੇ ਹੋਏ ਦੁਬਾਰਾ ਇਹਨਾਂ ਨੂੰ ਬਹੁਤ ਬਹੁਤ ਵਧਾਈ। ਮੈਂ ਸਾਰੇ ਬੱਚਿਆਂ ਨੂੰ ਰਿਕੁਐਸਟ ਕਰੂੰਗਾ ਤਿਆਰੀ ਦੇ ਕੋਲ ਅੱਜ ਦੇ ਪ੍ਰੋਗਰਾਮ ਬਾਰੇ ਕੀ ਕਹਿਣਾ ਚਾਹੋਗੇ ਜੀ? ਇੱਕ ਬਹੁਤ ਅੱਛਾ ਹੀ ਪ੍ਰੋਗਰਾਮ ਹੈ ਜੀ। ਆਪਣਾ ਨਾਭਾ ਮੈਂ ਆਪ ਸਵਾਰਾਂ, ਗੰਦਗੀ ਨੂੰ ਦੂਰ ਭਜਾਵਾਂ ਔਰ ਸਫਾਈ ਨੂੰ ਕੋਲ ਲਿਆਵਾਂ, ਨਸ਼ਿਆਂ ਨੂੰ ਦੂਰ ਭਜਾਵਾਂ, ਬੱਚਿਆਂ ਨੂੰ ਸਿਹਤਮੰਦ ਬਣਾਵਾਂ, ਤਾਂਹੀਓ ਮੈਂ ਹਿੰਦੁਸਤਾਨ ਦਾ ਨਾਗਰਿਕ ਹੈ। ਆਪਣਾ ਨਾਭਾ ਅਸੀਂ ਆਪ ਸਵਾਰੀਏ, ਇਸ ਨਾਰੇ ਨੂੰ ਅਸੀਂ ਬਹੁਤ ਜ਼ਿਆਦਾ ਬੁਲੰਦ ਕਰਾਂਗੇ। ਜਿਵੇਂ ਪ੍ਰਧਾਨ ਜੀ ਨੇ ਕਿਹਾ ਕਿ ਹਰ ਵਾਰਡ ਦੇ ਵਿੱਚ ਇੱਕ ਇੱਕ ਐਨ ਜੀ ਓ ਸੰਸਥਾ ਬਣ ਜਾਵੇ ਅਤੇ ਮੇਰਾ ਖਿਆਲ ਨਹੀਂ ਕਿ ਵੀ ਇਹ ਸਾਰੇ ਪੰਜਾਬ 'ਚੋਂ ਨੰਬਰ 1 ਨਾਭਾ ਜਿਹੜਾ ਹੈ ਸੁੰਦਰਤਾ ਦੇ ਵਿੱਚ ਆਏਗਾ। ਇਹਦੀਆਂ ਗੱਲਾਂ ਕਹਿੰਦਾ ਹੋਇਆ ਮੈਂ ਪ੍ਰਧਾਨ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਅੱਜ ਬਹੁਤ ਥੋੜ੍ਹਾ ਸਮਾਂ ਸੀ ਇਹਨਾਂ ਕੋਲ ਫਿਰ ਵੀ ਸਾਡੇ ਨਾਲ ਜੁੜੇ ਦੇ, ਬਹੁਤ ਬਹੁਤ ਧੰਨਵਾਦ। ਇਸ ਮੁਹਿੰਮ ਦੇ ਤਹਿਤ ਅੱਜ ਮੁਹੱਲਾ ਪਾਂਡੂਸਰ ਸੁਧਾਰ ਕਮੇਟੀ ਵੱਲੋਂ ਇੱਥੇ ਬੱਚਿਆਂ ਦੇ ਵਾਸਤੇ ਸੁੰਦਰ ਪਾਰਕ ਬਣਾਉਣ ਖੇਡਣ ਵਾਸਤੇ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ। ਇਹ ਸਾਰਾ ਉਪਰਾਲਾ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਹੋ ਰਿਹਾ ਹੈ ਅਤੇ ਇਹਦੇ ਵਿੱਚ ਸਾਡੇ ਸ਼ਹਿਰ ਦੇ ਪ੍ਰਧਾਨ ਕੈਬਨਿਟ ਮੰਤਰੀ ਅਤੇ ਇੱਥੋਂ ਦੇ ਮਿਊਨਸਿਪਲਿਟੀ ਦੇ ਪ੍ਰਧਾਨ ਸਾਨੂੰ ਪੂਰਾ ਸਹਿਯੋਗ ਦੇ ਰਹੇ ਨੇ। ਜੋ ਆਏ ਹੋਏ ਸਾਰੇ ਸੰਗਾਂ ਦਾ ਬਹੁਤ ਧੰਨਵਾਦੀ ਹਾਂ। ਆਵਾਜ਼ੀ ਕੰਮ ਟੀਵੀ ਲਈ ਨਾਭਾ ਤੋਂ ਤਰਨ ਮਹਿਤਾ ਦੀ ਰਿਪੋਰਟ।